अस्सलाम वालेकुम नाज़रीन, मैं हूं वकास और आप देख रहे हैं फूड गैंग ऑफिशियल। नाज़रीन, आज मैं मौजूद हूं गुजरामाला में जीटी रोड लारी अड्डे के सामने जो है जूरी टका टक। नाज़रीन, ये 65 साल से यहां पे बैठे हुए हैं, तो आइए इनसे बात करते हैं और इनका विजिट करते हैं। दिल बन रहे हैं, दिल ये दिल है, गुर्दे हैं, कपूरे हैं, मगज छोटे हैं। एक प्लेट का जी, ये 5 बंदों के लिए। 5 बंदों के लिए? जी 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 जी। कुछ लोग तवे पे करते हैं इसको टका टक। हाँ, तवे पे ही करते हैं, लेकिन इसके नीचे ठीक है, ऊपर भी होता है लेकिन नीचे भी ठीक है। ऐसे टेस्ट में भी फर्क आता है? हाँ, काफी फर्क आता है। नीचे जरा थोड़ा सा ब्रेक हो जाता है ना, फिर ऊपर भी होता है और मजे उड़ाए। अस्सलाम वालेकुम। वालेकुम सलाम जी, तुम्हारा नाम? शहजादी गुजर मीडिया फनकार कबूतरबाजी दे रास नाल फेसबुक दे हीरो हां सी। वाह जी वाह, ठीक हो गया। हां जी, मैंने कहा देखती आको और सुनते कानो, इन्हां दा माहौल कैसा वेख्या है? लाजवाब वेख्या है, जेड़े खांदे ने ते फिर वापस मुड़ आंदे ने। ऐ वे जूरी टका टक वाले, ठीक है, धुएं दीआं खुशबूआं दूर दूर तक जांदी, लेकिन इन्हां दी लज्जत, इन्हां दे खाने सारी दुनिया नूं पता है। ते मशहूर मरूफ आदमी ने, ये अज दे नहीं पुराने ने, 1969 दे नाल काम जारी है। हाँ जी, ये ने जी अपना जूरी टका टक वालिआं दे साहबजादे ने, इन्हां दा नाम है उस्ताद रशीद। उस्ताद रशीद, उस्ताद वहीद, वहीद आगा साहब ने इन्हां नूं कहिंदे, ते कलंदरी सिलसिला इन्हां सारिआं दा। इत्थे एक ऐसा काम है कि जेड़ा भी आया ना भुखा भी, इन्हां कहा खाना खा, लंगर करके जाओ, लंगर करके जाना है। 40-45 साल हो गए ने इन्ने को टोटे दे विच ही। हाँ जी, ते जेड़ा बंदा खवांदा है ना ते रब उहनां दे नाल ही हुंदा है। ठीक गल कि नहीं? बिल्कुल इदां ही है जी। ਵੈਸ ਭਾਈ ਤੁਸੀਂ ਕਿੱਥੋਂ ਆਏ? ਲਾਹੌਰ ਤੋਂ। ਲਾਹੌਰੋਂ ਆਏ? ਸਪੈਸ਼ਲ ਗੁਰਦੇ ਕਬੂਰੇ ਕਰਨ? ਵਾਹ ਜੀ ਵਾਹ, ਇੱਥੇ ਟਕਾ ਟਕ ਮਸ਼ਹੂਰ ਹੈ ਨਾ। ਹਾਂਜੀ ਬੈਠਾ ਭਾਈ, ਤੁਸੀਂ ਖਾਧਾ, ਤੁਹਾਨੂੰ ਲੰਗਰ ਦਾ ਪਤਾ ਲੱਗਾ? ਗੱਡੀ ਕਰਕੇ ਇੱਧਰ ਆਏ ਆ ਖਾਣਾ ਖਾਣੇ ਕੇ ਲਈ। ਅੱਛਾ, ਸਪੈਸ਼ਲ ਹੈ? ਸਪੈਸ਼ਲ ਹੈ, ਬਹੁਤ ਸਾਹਮਣੇ ਖੜੇ, ਸਾਹਮਣੇ ਲੱਗੀ ਹੋਈ ਹੈ। ਹਾਂਜੀ, ਬਹੁਤ ਸਾਹਮਣੇ ਗਾੜੀ ਲੱਗੀ ਹੋਈ ਹੈ। ਲੋ ਸਾਰਾ ਸਾਰੀ ਸਾਡੀ ਹੈ ਜਿਹੜੀ ਲੇਬਰ ਹੈ ਨਾ, ਬੜੀ ਜੁਫਤ ਜੂ ਨਾਲ ਕੰਮ ਕਰਦੇ ਨੇ। ਸਹੀ ਆ, ਤੇ ਅੱਛਾ ਮਾਹੌਲ ਦਿੰਦੇ ਨੇ ਹਰ ਬੰਦੇ ਨੂੰ। ਮਤਲਬ ਇੱਕ ਲੈਪਟਾਪ ਦੇ ਦਾਂਗੇ। ਹਾਂ, ਕੋ ਮਤਲਬ ਹਾਂ, ਤੁਹਾਡੀ ਮਿਹਰਬਾਨੀ ਹੈ, ਤੁਹਾਡੇ ਜਾਨੀ ਨੇ ਇਹ ਲੇਬਲ। ਨਾਜ਼ਰੀਨ, ਬਹੁਤ ਮਿਹਨਤੀ ਮੁੰਡੇ ਬੱਚੇ ਕੰਮ ਕਰਦੇ, ਤੇ ਇਹਨਾਂ ਦੇ ਉਸਤਾਦ ਵੀ ਬਹੁਤ ਅੱਛੇ, ਉਸਤਾਦ ਵੀ ਬਿਹਤਰੀਨ ਨੇ। ਆਵਾਮ ਨੂੰ ਇਹ ਕਹਿਣਾ ਚਾਹਾਂਗੇ, ਜ਼ਿੰਦਗੀ ਜ਼ਮਾਇਸ਼ ਦੀ ਜ਼ਰੂਰਤ ਹੈ, ਤੇ ਖਾਣਾ ਜ਼ਰੂਰ ਆਉਣਾ ਹੈ। ਜੂਰੀ ਟਕਾ ਟਕ ਗੁਜਰਾਂਵਾਲਾ ਆਫ ਲਾਰੀ ਅੱਡਾ ਕਰੇ। ਅਸਲਾਮ ਵਾਲੇਕੁਮ ਸਾਹਿਬ ਜੀ। ਵਾਲੇਕੁਮ ਸਲਾਮ ਜੀ। ਸਾਹਿਬ ਜੀ ਭੋਲਾ ਜੀ, ਕੀ ਹਾਲ ਜੀ? ਅਲਹਮਦੁਲਿਲਾਹ। ਸਾਹਿਬ ਜੀ, ਅਸੀਂ ਤੁਹਾਡੀਆਂ ਖੁਸ਼ਬੂਆਂ ਸੁਣ ਕੇ ਫੈਸਲਾਬਾਦ ਤੋਂ ਆ ਗਏ ਤੁਹਾਡੀ ਵੀਡੀਓ। ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ। ਹੋਰ ਸੁਣਾਓ, ਕੀ ਹਾਲ ਚਾਲ? ਅਲਹਮਦੁਲਿਲਾਹ ਜੀ।
ਸਾਹਿਬ ਜੀ ਕਿੰਨੀ ਦੇਰ ਤੋਂ ਮਾਸ਼ਾਅੱਲਾ ਰੌਣਕ ਲਾਈ ਜੀ? 1959 ਤੋਂ ਵਾਲ ਸਾਹਿਬ ਨੇ ਸ਼ੁਰੂ ਕੀਤਾ ਜੀ ਭਾਈ। 1959 ਦਾ ਮਾਸ਼ਾਅੱਲਾ, ਵਾਹ ਜੀ ਵਾਹ। ਤੇ ਉਹਨਾਂ ਤੋਂ ਬਾਅਦ ਸਾਨੂੰ 35 ਸਾਲ ਹੋ ਗਏ ਨੇ। ਵਾਹ, ਤੀਸਰੀ ਪੀੜ੍ਹੀ ਆ ਗਈ। ਹਾਂਜੀ ਸਹੀ ਹੈ। ਤੇ ਇਸੇ ਜਗ੍ਹਾ ਤੇ ਸ਼ੁਰੂ ਤੋਂ? ਹਾਂਜੀ ਠੀਕ ਹੋ ਗਿਆ। ਤੇ ਕੀ ਬਣਾ ਰਹੇ ਸਾਹਿਬ ਜੀ? ਅਸੀਂ ਦਿਲ, ਗੁਰਦੇ, ਕਪੂਰੇ, ਮਗਜ਼, ਕੀਮਾ, ਕਲੇਜੀ। ਅੱਛਾ, ਕਲੇਜੀ ਕੀਮਾ ਵੀ? ਹਾਂਜੀ, ਇਹ ਸਾਡੇ ਮਸਾਲਾ ਜਾਤ ਨੇ। ਸਹੀ ਹੋ ਗਿਆ ਸਾਹਿਬ ਜੀ, ਤੁਹਾਡੇ ਹੱਥ ਦਾ ਟੇਸਟ ਲੋਕੀ ਦੂਸਰੇ ਸ਼ਹਿਰਾਂ 'ਚ ਆਉਂਦੇ ਲੈਣ। ਬੇਸ਼ੱਕ ਜੀ, ਇਨਸ਼ਾਅੱਲਾ। ਐਸਾ ਕੀ ਜਾਦੂ ਕਰਦੇ ਹੋ? ਬਸ ਜੀ, ਅੱਲਾ ਦੀ ਕਰਮ ਨਵਾਜ਼ੀ ਹੈ, ਮਾਂ ਬਾਪ ਦੀਆਂ ਦੁਆਵਾਂ ਨੇ, ਸਫਾਈ ਰੱਖੀ ਦੀ ਸੋਚੇ 'ਚ। ਕੁਛ ਹੱਥ 'ਚ ਵੀ ਟੇਸਟ ਹੁੰਦਾ ਜੀ? ਬੇਸ਼ੱਕ, ਕਿਉਂ ਨਹੀਂ, ਕੁਛ ਪਿਆਰ ਮੁਹੱਬਤ ਵੀ ਹੁੰਦਾ ਜੀ। ਭਾਈ ਭੋਲੇ ਜੀ, ਹੁਣ ਤੱਕ ਕਿੰਨੇ ਸ਼ਾਗਿਰਦ ਕਰ ਲਏ ਮਾਸ਼ਾਅੱਲਾ ਇੱਥੇ? ਮਾਸ਼ਾਅੱਲਾ, ਸੱਜੇ ਖੱਬੇ ਮੇਰੇ ਹੀ ਸ਼ਾਗਿਰਦ ਨੇ। ਸਾਰੇ ਤੁਹਾਡੇ ਹੀ ਆ? ਹਾਂਜੀ, 8 ਤੋਂ 10 ਮੇਰੇ ਤੋਂ ਸਿੱਖੇ ਨੇ, ਕੁਛ 7-8 ਵਾਲ ਸਾਹਿਬ ਦੇ ਹੱਥੋਂ ਸਿੱਖੇ। ਬਹੁਤ ਤੁਹਾਡੇ ਕੋਈ ਪਿਆਰ ਵਾਲੇ ਜੀ ਆਉਂਦੇ ਹੋਣੇ ਜਿਨ੍ਹਾਂ ਨੂੰ ਤੁਸੀਂ ਆਪਣੇ ਖਾਣਾ ਬਣਾ ਕੇ? ਹਾਂਜੀ, ਕਿਸੇ ਨੂੰ ਨਾ ਨਹੀਂ ਕਰੀਦੀ, ਜਿਹੜਾ ਕੋਈ ਆਣ ਕੇ ਕਵੇ ਉਹਨੂੰ ਬਣਾ ਦਿੰਦੇ, ਫਰਮਾਇਸ਼ ਕਰਦੇ ਆ ਕੇ ਜੀ।